ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਖਜਾਲਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫਿਰ ਪਹੁੰਚੇ ਹਾਂ। ਟੋਟਲ 7-8 ਪਸ਼ੂ ਸੇਲ ਕਰਨੇ ਆ, ਕੁਝ ਹਾਜ਼ਰ ਨੇ, ਕੁਝ ਆਉਣ ਵਾਲੇ ਨੇ, ਜਿਨ੍ਹਾਂ ਵਿੱਚ ਇੱਕ ਤਾਜ਼ੀ ਸੂਈ ਝੋਟੀ ਆ ਅਤੇ 4 ਵਹਿੜਾਂ ਗੱਬਣਾ ਜੀ। ਗੱਲਬਾਤ ਕਰਾਵਾਂਗੇ, ਇਹਨਾਂ ਡਿਟੇਲ ਲਵਾਂਗੇ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸੁਆਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ। ਆਪਾਂ ਗੱਲਬਾਤ ਕਰਾਉਂਦੇ ਹਾਂ, ਇਹਨਾਂ ਦੀ ਡਿਟੇਲ ਲੈਂਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਆ ਜੀ? ਠੀਕ ਹੈ ਪੰਡਿਤ ਸਾਹਿਬ। ਠੀਕ ਹੈ ਜੀ, ਕਿੰਨੇ ਪਊ ਸੇਲ ਕਰਨੇ ਜੀ ਅੱਜ? ਇਸ ਟਾਈਮ ਤੋਂ ਮੌਕੇ ਦੇ ਉੱਤੇ 5 ਆ ਜੀ। ਹਾਂਜੀ, ਗੱਭਣਾ ਗਾਈਆਂ ਨੇ। ਠੀਕ ਆ, ਤਿਆਰ ਨੇ ਜਾਣੀ ਕਿ ਜੀ। ਇੱਕ ਮੱਝ ਝੋਟੀ ਸੂਈ ਆ, ਪਲੂਣ ਹੈ ਜੀ। ਠੀਕ ਆ, ਤਾਜ਼ੀ ਸੂਈ ਆ, ਹਨਾ ਜੀ, ਕੱਟੀ ਪਿਛੇ ਦੇ। ਠੀਕ ਆ, ਹਾਂਜੀ ਹਾਂਜੀ, ਸਹੀ ਆ। ਐਡਰੈਸ ਐਡਰੈਸ ਦੱਸ ਦਿਓ ਜੀ ਆਪਣਾ। ਮੇਰਾ ਵੀ ਪਹਿਲਾ ਬੇਨਤੀ ਆ ਵੀ ਇਹ ਸਾਰੀਆਂ ਚੈੱਕ ਕਰਕੇ ਪਾਸ ਕਰਕੇ, ਜਿੱਦਾਂ ਅਸੀਂ ਪਾਸ ਕਰਕੇ ਲੈਂਦੀਆਂ ਨਾ ਜੀ, ਤੇ ਮੇਰੇ ਵੀਰਾਂ ਦਾ ਵੀ ਹੱਕ ਬਣਦਾ ਵਾ ਪਾਸ ਕਰਕੇ ਲੈ ਕੇ ਜਾਣ ਜੀ, ਕਿਉਂਕਿ ਮੁੜਕੇ ਸਾਨੂੰ ਲਾਂਭੇ ਦੀ ਜਿਹੜੀ ਹੈ ਨਾ, ਲਾਂਭਾ ਠੀਕ ਨਹੀਂ ਹੁੰਦਾ ਜੀ ਜੀ ਜੀ, ਪੈਸੇ ਤੇ ਤੁਹਾਨੂੰ ਪਤਾ ਔਖੇ ਪਾਉਂਦੇ ਆ ਕਿ ਭੈਣ ਭਰਾ ਨੂੰ, ਜੇ ਪਾਸ ਕਰਕੇ ਲੈ ਕੇ ਜਾਣ, ਪਾਸ ਕਰਕੇ ਅਸੀਂ ਲੈ ਕੇ ਆਏ ਹਾਂ ਜੀ। ਬਿਲਕੁਲ ਬਿਲਕੁਲ, ਹਾਂਜੀ। ਐਡਰੈਸ ਦੱਸ ਦਿਓ ਜੀ ਆਪਣਾ। ਨਾਮ ਮੇਰਾ ਕਸ਼ਮੀਰ ਸਿੰਘ ਹੈ ਜੀ। ਹਾਂਜੀ, ਪਿੰਡ ਖਜਾਲਾ ਜੀ, ਤਹਿਸੀਲ ਬਾਬਾ ਬਕਾਲਾ ਹਾਂਜੀ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ, ਫੋਨ ਨੰਬਰ ਦੱਸ ਦਿਓ ਜੀ ਆਪਣਾ। 98-155-35-8-63। ਠੀਕ ਹੈ ਜੀ, 98-155-35-8-63। ਠੀਕ ਹੈ, ਤੇ ਬਾਕੀ ਇਹ ਬੇਨਤੀ ਆ ਵੀ ਵੀਰਾਂ ਦੇ ਜਿਹੜੀ ਵੀ ਗਾਂ ਲੈਣ, ਤਸੱਲੀ ਕਰਕੇ ਲੈਣਾ, ਪੂਰੀ ਜਾਂਚ ਪਰਖ ਕੇ ਫੇਰ ਡੰਗਰ ਲੈਣ, ਕੋਈ ਧੋਖਾਧੜੀ ਵਾਲਾ ਕੰਮ ਜੀ ਕਿਸੇ ਦੇ ਨਾਲ ਵੀ ਨਾ ਹੋਵੇ। ਪਹਿਲਾਂ ਸ਼ੁਰੂਆਤ ਕਰੀਏ ਵੱਡੀ ਵੈੜ ਤੋਂ, ਹੈ ਜਰਸੀ ਆ ਵੱਡੀ, ਹਨਾ ਆ ਵੇਖੋ ਜਰਸੀ ਵੱਡੀ। ਥਾਣ ਪਹਿਲਾਂ ਚੈੱਕ ਕਰੋ ਕਰਮਾਲੀ ਦੇ, ਆ ਵੇਖੋ ਜੀ ਥਾਣ, ਥਾਣ ਬਹੁਤ ਹੀ ਸੋਹਣਾ ਵਾ, ਵੱਡੀ ਆ, ਮੁੱਠੀ ਦੀ ਚਵਾਲ ਆ ਥਾਣ ਲੱਗਾ ਜੀ। ਦੇਖੋ ਜੀ ਗੱਲ ਹੈ ਪੰਡਿਤ ਸਾਹਿਬ, ਆ ਵੇਖੋ ਸੁਆਹ ਵਧੀਆ, ਥੋ ਖੋਲੇ ਆ, ਫੇਸ ਕੁਆਲਿਟੀ ਚੈੱਕ ਕਰੋ ਜੀ। ਸੂਆ ਭਾਜੀ ਕਿਨਵਾ ਹੋਊਗਾ? ਦੂਸਰਾ ਦੂਸਰਾ ਸੂਆ ਹੋਊਗਾ ਪੰਡਿਤ ਸਾਹਿਬ, ਉਹਨਾਂ ਨੇ ਕਿਹਾ ਵੀ ਦੁੱਧ 20 ਕਿਲੋ ਅਸੀਂ ਚਾਹੁੰਦੇ ਆ। ਅੱਛਾ, 20 ਕਿਲੋ ਦੁੱਧ ਚੋਇਆ ਦੇ ਥੱਲੇ, ਉਹਨਾਂ ਦੇ 20 ਤੋਂ ਪਲੱਸ, ਕਿਉਂਕਿ ਅਸੀਂ ਆ ਵੇਖੋ ਸਾਹਿਬ ਇੱਕ ਬੇਨਤੀ ਆ ਕਰਨੀ। ਹਾਂਜੀ ਹਾਂਜੀ, ਵੀ ਸਾਨੂੰ ਤੇ ਇੱਧਰ ਤੋਰ ਲਾ ਯਾਰ, ਕੋਈ ਨਹੀਂ ਇੱਧਰ ਮਰਜ਼ੀ ਤੋਰ ਦਿਓ। ਭੈਣ ਭਰਾਵਾਂ ਨੇ ਕਿਹਾ ਹੋਇਆ ਵੀ ਦੁੱਧ ਤੇ ਵੱਧ ਦੱਸਦੇ, ਪਰ ਆਪਾਂ ਉਹਨਾਂ ਦੇ ਕਹਿਣ ਤੇ ਆਪਾਂ ਦੱਸਣਾ। ਹਾਂਜੀ 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 ਹਾਂਜੀ, ਜੋ ਤੁਹਾਨੂੰ ਪਿੱਛੋਂ ਦੱਸਿਆ ਉਹੀ ਤੁਸੀਂ ਅੱਗੇ ਦੱਸ ਦਿਓ। ਠੀਕ ਆ, ਚੱਲ ਆਵੇ ਆ ਵੇਖੋ ਜੀ, ਥਾਣ ਵੀ ਬੜਾ ਸੋਹਣਾ ਲੱਗਾ ਵਾ, ਕਰਮ ਵਾਲੀ ਹੈ ਹੀ ਚੰਗੀ ਆ ਜੀ। ਆ ਜਾਓ ਵੀਰ ਜੀ, ਆ ਜਾਓ ਬਰੀਡ ਵੀ ਚੰਗੀ, ਗਰਮੀ ਵੀ ਨਹੀਂ ਮਨਾਉਣੀ, ਗਰਮੀ ਵੀ ਨਹੀਂ ਮਨਾਉਣੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਆ ਵੇਖੋ ਜੀ ਚੈੱਕ ਕਰੋ। ਹਾਂਜੀ, 2 ਮਹੀਨੇ ਪਿੱਛੋਂ ਅਸੀਂ ਵੀ ਵੀਡੀਓ ਪਾਉਣ ਲੱਗੇ ਆ। ਹਾਂਜੀ, ਬੇਨਤੀ ਆ ਵੀ ਆਪਾਂ ਰੇਟ ਬਿਲਕੁਲ ਜਾਇਜ਼ ਕਰ ਦਿੰਦੇ ਆ ਜੀ ਜੀ, ਜਾਇਜ਼ ਕਰੋਗੇ ਤੇ ਛੇਤੀ ਵਿਕ ਜਾਂਦਾ ਪਸ਼ੂ। ਮਸਲਾ ਹੈ ਆਪਾਂ ਨੂੰ 1000-1500 ਰੁਪਏ ਦਾ। ਹਾਂਜੀ, ਆ ਜਾਓ ਲੈ ਆਓ, 2000 ਬਣ ਗਿਆ ਥੋੜਾ ਵਾ, ਜੇ ਪਈਆਂ ਟੰਗਰਾਂ 5000 ਬਣ ਗਿਆ। ਹਾਂ, ਮਸਲਾ ਨਹੀਂ ਹਟਣਾ ਨਹੀਂਗਾ ਆਪਾਂ, ਬਾਕੀ ਬੱਚੀ ਠੰਡੀ ਆ, ਪਿੱਛੇ ਜਰਸੀ ਆ ਬਹੁਤ ਹੀ ਚੰਗੀ, ਲੈ ਜਾ ਵੀਰ ਲੈ ਜਾ, 10 ਦਿਨ ਹੈਗੇ ਅਸੀਂ।
ਹਫਤਾ ਲੈ ਗਈ ਤੇ ਤੁਰਿਆ ਨੀ ਜਾਣਾ ਬਾਕੀ ਗਰਮੀਆਂ ਦਾ ਮਾਲ ਆ ਗਰਮੀ ਇਹਨੇ ਮਨਾਉਣੀ ਨੀ ਗੀ ਦੁੱਧ ਇਹਨੇ ਚੰਗਾ ਦੇਈ ਜਾਣਾ ਵਾ ਮੱਝਾਂ ਵਰਗਾ ਦੁੱਧ ਤੇ ਫੈਂਡ ਵੀ ਮੱਝਾਂ ਵਰਗੀ ਆ ਵੇਖੋ ਜੀ ਕੁਆਲਿਟੀ ਸੋਹਣੀ ਆ ਬੇਲ ਕਾਫੀ ਲੰਬੀ ਆ ਤਸੱਲੀ ਪੂਰੀ ਕਰਕੇ ਤੇ ਫੇਰ ਲੈ ਕੇ ਜਾਣਾ ਜਿੱਦਾਂ ਅਸੀਂ ਪਾਸ ਕਰਕੇ ਲਾਏ ਆ ਭਿੰਡਰ ਸਾਹਿਬ ਇੱਦਾਂ ਹੀ ਅਗਲੇ ਦੇ ਦੇਣੀ ਆ ਜੀ ਹੁਣ ਆਪਾਂ ਵੀ ਬਗਲੀ ਖਰੀਦ ਕੇ ਲਾਏ ਆ ਇਹਦੀ ਗਰੰਟੀ ਆਪਾਂ ਕੀ ਦੇ ਦਾਂਗੇ ਮੇਰੇ ਕਿਹੜੀ ਕਰਦੀਆਂ ਗੱਲਾਂ ਵੀ ਮੈਂ ਗਰੰਟੀ ਦੇ ਦਾਂ ਪਾਸ ਕਰਕੇ ਤੇ ਫੇਰ ਲੈ ਕੇ ਮੁੱਲ ਕਿੰਨਾ ਕਰਨਾ ਜੀ ਇਹਦਾ ਬਿਲਕੁਲ ਛੋਟੇ ਕੋਈ ਕਰਨਾ ਮੁੱਲ ਗਾਂ ਦੇ ਉਦਾਂ 60,000 ਦੀ ਆ ਹਾਂਜੀ ਗਾਂ 65,000 ਦੀ ਆ ਹਾਂਜੀ ਪਰ ਅੱਜ ਇਹ ਵਾਅਦਾ ਕੀਤਾ ਵੀ ਪੂਰਾ ਰੇਟ ਆ ਜੇ ਅੱਜ ਮਾਣ ਹੀ ਕਰਨਾ ਆ ਕੇ ਕਰ ਦੇਣਾ ਸਹੀ ਗੱਲ ਹੈ ਕਿੰਨਾ ਕ ਇਹ 52,000 ਦੀ ਗਾਂ ਦੇ ਦਾਂਗੇ ਜੀ ਮਾਣ ਤਾਣ ਮਾਣ ਤਾਣ ਹੋ ਜੂਗਾ ਯਾਰ 2,000 ਹੋਰ ਕਰਾਂਗੇ 50,000 ਦੀ ਕੋ ਗਾਂ ਦੇ ਤੂੰ ਦੇਊਗਾ ਨਹੀਂ ਮੈਂ ਗੱਲ ਕਰਾਂ 500 ਛੋੜ ਹੋਰ ਕਰ ਦਿਓ ਹੁਣ ਉਹ ਕਰ ਦਿਓ ਕੁਛ ਨਹੀਂ ਹੁੰਦਾ ਉਹ ਨਹੀਂ ਰੇਟ ਕਰਦੇ ਆ 49,000 ਦੀ ਹੋ ਗਈ ਜੀ ਨਹੀਂ ਜੀ ਲੈ ਜਾਣੇ ਉਹ ਜਾਣ ਦੋ ਆ ਵੇਖੋ ਵੈੜ ਚੰਗੀ ਏ 500 ਛੋੜ ਕਰਾਤੀ ਹੁਣ ਮੁੜ ਕੇ ਪਤਾ ਨਹੀਂ ਹੋਵੇ ਕਿ ਨਾ ਹੋਵੇ ਇਦਾਂ ਦਾ ਓਕੇ ਆ ਥਣ ਓਕੇ ਫਰਮ 49,000 ਦੀ ਦੇ ਦਿਓ ਕੋਈ ਨਹੀਂ ਜਾਣ ਦੋ ਜਿਆਦਾ ਖਿੱਚੀ ਜਾਂਦੇ ਹੋ ਤੁਸੀਂ ਉਹ ਨਹੀਂ ਕੋਈ ਨਹੀਂ ਫਰਕ ਨਹੀਂ ਪੈਂਦਾ ਐਵੇਂ ਤੇ ਰਾਜੇ ਤੇ ਐਨੀ ਟਾਈਮ ਪਾਸ ਕਰਨਾ ਨਾ ਉਹ ਕੋਈ ਗੱਲ ਨਹੀਂ ਇਮਾਨਦਾਰੀ ਆ ਸਾਡੀ ਵੇਖੋ ਬਿਜ਼ਨਸਮੈਨ ਬੰਦੇ ਆ ਮਾਂਜੋ ਹੁਣ ਦੱਸੋ ਇੰਨੀ ਜਿਹੜ ਕਰਨ ਦੇ ਤੁਸੀਂ ਬਾਕੀ ਆ ਐਦਾਂ ਦੀ ਵੈੜ ਭਾਈ ਸਾਹਿਬ ਹੁਣ ਭਾਵੇਂ 100 ਰੁਪਈਆ ਛੋੜ ਕਰਨ ਮੁੜ ਕੇ ਭਾਵੇਂ ਕਰਨ 200 ਉਹ ਤੁਹਾਡੀ ਸਿਰਦਰਦੀ ਆ ਕਿੰਨੀ ਕਰਾਉਣੀ ਆ ਐਂ ਤੇ ਜਿੱਦ ਕਰ ਲਈ ਅੱਜ ਭਾਜੀ ਹੁਣਾਂ ਦਾ ਆਹ ਦੂਜੇ ਨੰਬਰ ਵਾਲੀ ਬਾਰੇ ਦੱਸੋ ਦੂਜੇ ਨੰਬਰ ਵਾਲੀ ਆ ਜੀ ਪੱਠਾ ਦੱਸਾ ਖਾਣਾ ਦਾਣਾ ਚੰਗਾ ਹੋਵੇ ਤੇ ਦੁੱਧ ਕਿਉਂ ਨਾ ਦੁੱਧ ਦੇ ਬਿਲਕੁਲ ਵੱਢ ਲਈ ਦਾ ਵਾ ਜੀ ਤੋਰ ਵੀ ਸੂਆ ਇਹਦਾ ਕਰਵਾ ਇਹਦਾ ਸੂਆ ਦੂਜਾ ਸੂਆ ਠੀਕ ਆ ਦਿਨ ਕਿੰਨੇ ਲੈ ਜੂਗੀ ਇਹ ਇੱਕ ਹਫਤਾ ਲੈ ਜੂਗੀ ਬਾਕੀ ਕੱਦ ਕਾਟ ਇਹਦਾ ਵੀ ਚੰਗਾ ਬੇਲ ਵੀ ਕਾਫੀ ਲੰਮੀ ਹਵਾਨਾ ਸੋਹਣਾ ਤਿਆਰ ਕਰੂਗੀ ਇਹਨੇ ਵੀ ਨੀ ਗਰਮੀ ਮਨਾਉਣੀ ਅੱਜ ਭਾਜੀ ਨਾਲ ਜਿੱਦ ਕਰਕੇ ਆਪਾਂ ਘਟਾਉਣੇ ਆ ਰੇਟ ਆ ਵੇਖੋ ਜੀ ਸੋਹਣੀ ਆ ਕੱਦ ਕਾਟ ਇਹ ਵੀ ਚੰਗਾ ਆ ਜਾਓ ਠੰਡੀ ਧੀਰੀ ਆ ਤਿਆਰ ਹੀ ਆ ਗੇ ਇੱਕ ਦੋ ਦਿਨ ਚ ਹੀ ਆ ਬਸ ਤਿਆਰ ਹੀ ਆ ਲੱਗ ਹਾਂਜੀ ਬਿਲਕੁਲ 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 ਤੇ ਇਹ ਕਿੰਨਾ ਕੁ ਚਵਾਊਗੀ 17-18 ਲੀਟਰ ਠੀਕ ਇਹਦਾ ਕਿੰਨਾ ਕਰਨਾ ਜੀ ਮੈਂ ਕਹਿੰਦਾ ਜਾਵੇ ਪਹਿਲੇ ਫੋਨ ਤੇ ਹੀ ਮੁੱਲ 50,000 ਆ ਹਾਂਜੀ ਭਾਵੇਂ 55 ਕਰਾ ਲਓ ਭਾਵੇਂ 50 ਕਰਾ ਲਓ ਜੋ ਮਰਜ਼ੀ ਕਰਾ ਲਓ ਹਾਂਜੀ ਠੀਕ ਆ ਹਾਂ ਨਾ ਕਰੂੰਗਾ ਮੈਂ
ਸਾਰਾ ਕੁਝ ਛੱਡ ਕੇ ਤੁਹਾਨੂੰ ਸਾਰਾ ਇੱਕ ਛੋੜਨਾ ਕਿਉਂ ਮੈਨੂੰ ਦੱਸੋ ਦੱਸੋ 42,000 ਦੀ ਗੱਲ ਚਲੋ ਠੀਕ ਆ ਸਾਰੇ ਆਪਾਂ ਬੋਲਣਾ ਹੀ ਨਹੀਂ ਥਾਣ ਥਣ ਓਕੇ ਆ ਨਾ ਓਕੇ ਉਹ ਸਾਰੇ ਤਸੱਲੀ ਕਰਾਵਾਂਗੇ ਇਸ ਚੀਜ਼ ਦੀ ਥਾਣਾ ਨੂੰ ਤਸੱਲੀ ਕਰਾਵਾਂਗੇ ਇਹ ਬੇਨਤੀ ਆ ਤੁਸੀਂ ਥਾਣਾ ਦੇ ਨਾਲ ਲੈਂਦੇ ਬਾਰ ਬਾਰ ਨਹੀਂ ਆਪਣਾ ਫਰਜ਼ ਵਾ ਵੀ ਤੁਹਾਡੇ ਕੋਲ ਸਵਾਲ ਪੁੱਛਣਾ ਤੁਸੀਂ ਦੱਸਣਾ ਵਾ ਮੇਰਾ ਦੱਸਣ ਦਾ ਇਹ ਆ ਵੀ ਪਾਸ ਕਰਕੇ ਲੈ ਕੇ ਜਾਣਾ ਤੇ ਜਿੰਨੇ ਖਰੀਦਣੀ ਆ ਉਹ ਪਾਸ ਕਰ ਲਿਓ ਜੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਆਪਾਂ ਪੁੱਛ ਲੈਣਾ ਹਨਾ ਆ ਤੀਜੇ ਨੰਬਰ ਵਾਲੀ ਬਾਰੇ ਦੱਸੋ ਜੀ ਭਾਜੀ ਰੇਟ ਉਹਨਾਂ ਮੈਂ ਭੁੱਟਰ ਸਾਹਿਬ ਕਰ ਦੂੰਗਾ ਵੀ ਮੁੱਲ ਨਾ ਇਹਨਾਂ ਕਰੂਗਾ ਲੱਭਣਾ ਹੀ ਨਹੀਂ ਤੇ ਹਾਂ ਮੈਂ ਲੱਭੂ ਲੱਭਣਾ ਹੀ ਨਹੀਂ ਮੁੱਲ ਇਹਦਾ ਸੂਆ ਕਰਵਾ ਜਰਸੀ ਦਾ ਇਹਦਾ ਦੂਜਾ ਜੀ ਦੂਜਾ ਸੂਆ ਦੇਣ ਇਹਦਾ ਦੇਣ ਲੈ ਜੂ ਹਫਤਾ ਖੰਡ ਲੈ ਹਫਤਾ ਲੈ ਜੂ ਆ ਵੇਖੋ ਜੀ ਸੋਹਣੀ ਸੁਨੱਖੀ ਹੈ ਵੀ ਪੂਰੀ ਆ ਜਰਸੀ ਪੰਜਾਬ ਵਾਲੀ ਆ ਵੇਖੋ ਥਾਣ ਲੇਵਾ ਇਹਦਾ ਵੀ ਚੰਗਾ ਸੋਹਣਾ ਥਾਣ ਬੜੇ ਸੋਹਣੇ ਲੱਗੇ ਇਹਨੂੰ ਕਰਮ ਵਾਲੀ ਨੂੰ ਆ ਵੇਖੋ ਥਾਣ ਹਫਤਾ ਇੱਕ ਲੈ ਜੂਗੀ ਇਹਦੀ ਤਿੱਪਣ ਬਹੁਤ ਚੰਗੀ ਜੀ ਮੈਂ ਧਾਰਾ ਮਾਰੀਆਂ ਜੀ ਇਹ ਵੀ ਠੰਡੀ ਧੀਰੀ ਜੀ ਆ ਵੇਖੋ ਠੰਡੀ ਧੀਰੀ ਚਵਾ ਦੇਖਿਓ ਪਰਨੇ ਸਾਹਿਬ ਇਦਾਂ ਦਾ ਚਵਾ ਵਾ 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 ਆ ਜਾ ਬੋਲਾ ਬਣਿਆ ਜੀ ਆ ਜਾ ਲਓ ਵੀ ਗਰਮੀ ਵਾਲਾ ਮਾਲ ਤੁਹਾਨੂੰ ਅੱਜ ਇੱਕੇ ਘਰੋਂ ਮਿਲ ਜਾਣਾ ਵਾ ਤੇ ਜਿਹੜੇ ਵੀਰ ਨੇ ਜੋੜਾ ਖਰੀਦਣਾ ਵਾ ਤੇ ਜੋੜਾ ਹੀ ਲੈ ਜਿਓ ਤੇ ਮੁੱਲ ਅੱਜ ਫਿਕਸ ਹੀ ਐ ਬਿਲਕੁਲ ਜੈ ਜੋੜਾ ਕਰ ਦੇਣੀ ਆ ਜੀ ਗਰਮੀ ਬੜੀ ਆ ਜੈ ਜੀ ਜੈ ਜੀ ਇਹ ਵੀਰ ਉਹ ਆ ਜਿਹੜਾ 1,25,000 ਮੁੱਲ ਕਰਦਾ ਹੁੰਦਾ ਕਦੇ ਕਦੇ ਤੇ ਮੁੜ ਕੇ 1,00,000 ਰੁਪਈਆ ਹੀ ਛੋੜ ਕਰ ਦਿੰਦਾ ਸੱਚਾਈ ਦਾ ਪੱਲਾ ਫੜਿਆ ਤੇ ਮੌਜਾ ਹੀ ਮੌਜਾ ਮੈਂ ਕਹਿੰਦਾ ਇਮਾਨਦਾਰੀ ਬਾਬੇ ਦੀ ਕਿਰਪਾ ਵਾ ਐਵੇਂ ਨਹੀਂ ਸਿਆਣੇ ਕਹਿੰਦੇ ਕਿ ਦਾਦਾ ਵੀ ਬੈਠੇ ਹੁੰਦੇ ਆ ਮਾਂ ਸੁਥਰਾ ਕਰੀਦਾ ਕੋਈ ਧੋਖਾ ਧੜੀ ਨਹੀਂ ਕਰੀਦਾ ਤੇ ਇਮਾਨਦਾਰੀ ਦਾ ਕੰਮ ਕਰਦੇ ਠੱਗੀ ਉਦੋਂ ਝੂਠ ਉਦੋਂ ਮਹਾਰਾਜ ਜਦੋਂ ਮਰ ਚੱਲਿਆ ਹਾਂਜੀ ਹਾਂਜੀ ਬੰਦੇ ਦੇ ਵੀ ਬਿਲਕੁਲ ਝੂਠਾ ਵੀ ਜਦੋਂ ਅੰਤ ਹੀ ਆ ਗਿਆ ਕਿ ਹੁਣ ਖਤਮ ਹੀ ਆ ਕਹਾਣੀ ਆ ਵੀ ਮੁੱਲ ਹੁਣ ਤੁਹਾਨੂੰ ਦੱਸ ਦੇਣਾ ਹਾਂ ਮੁੱਲ ਦਾ 50-45 ਤੋਂ ਜੋ ਮਰਜ਼ੀ ਕਰਾ ਲਓ ਤੇ 42,000 ਦੀ ਵਿਹੜੀ ਦੇ ਦਾਂਗੇ ਛੋੜ ਚੋ ਕਰਾ ਦਈਏ ਕਰਾ ਦਈਏ ਛੋੜ ਕਰ ਦਾਂਗੇ 500 ਰੁਪਏ 500 ਰੁਪਏ ਹਾਂ 41 ਦੀ ਜਾਣ ਦੋ ਚਲੋ ਜੀ 41 ਦੀ ਠੀਕ ਆ ਅੱਜ ਤੇ ਤੁਹਾਡੀਆਂ ਛੋੜ ਦੋ ਤੇ ਕਿੰਨਾ ਕੁ ਜਵਾਉਗੀ ਇਹ ਦੁੱਧ ਤੇ ਕਰੀ ਜਾਣਾ 1500 ਬਾਕੀ ਹੈ ਜਰਸੀ ਆ ਸੋਹਣੀ ਸੁਨੱਖੀ ਪੂਰੀ ਆ ਆ ਜਿਹੜੀ ਆ ਪਹਿਲੇ ਸੂਏ ਸੋਣਾ ਇਹਨੇ ਆ ਵੀ ਵੇਖੋ ਠੰਡੀ ਆ ਠੀਕ ਆ ਪਹਿਲੇ ਸੂਏ ਸੋਣਾ ਆ ਵੇਖੋ ਨਾ ਖਾਣ ਬੜਾ ਸੋਹਣਾ ਲੱਗਾ ਇਹਨੂੰ ਗਰਮ ਵਾਲੇ ਨੂੰ ਹੈ ਬੜੀ ਜੁੜੀ ਚੰਗੀ ਆ ਬੜਾ ਬੜਾ ਵੀ ਪੈਂਡੀਆਂ ਆ ਜੇ ਆ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਬੜੀ ਸੋਹਣੀ ਆ ਫੇਸ ਕੁਆਲਿਟੀ ਵੇਖੋ ਇਹਦੀ ਇਹ ਦੇਖੋ ਆਇਆ ਵੀ ਅੱਜ ਹੀ ਆ ਪੰਡਰ ਸਾਹਿਬ ਅੱਛਾ ਅੱਜ ਹੀ ਆਈਆਂ ਹਾਂ ਲਾਤਾ ਜੀ ਫੇਸ ਵੀ ਵੇਖੋ ਬਹੁਤ ਹੀ ਸੋਹਣਾ ਵਾ ਚੌਗੀ ਚਾਰ ਦੰਦ ਦੇ ਚਾਰ ਦੰਦ ਵਾ ਮੂੰਹ ਤੋਂ ਸਿੱਧੀ ਤੋਰ ਜਾ ਜਾਂਦੇ ਸਿੱਧੀ ਐਰੋ ਹੀ ਤੋਰਦੇ ਵੀਰ ਕੋਈ ਨਹੀਂ ਸਿੱਧੀ ਜਾਂਦੇ ਅਜੇ ਦਿਨ ਕਿੰਨੇ ਕੁ ਲੈ ਜੂ ਹਫਤਾ ਲੈ ਜੂਗੀ ਅਜੇ ਬਣੂ ਬਣੂ ਚੰਗੀ ਆ ਠੀਕ ਹੈ ਹੈ ਵੀ ਠੰਡੀ ਧੀਰੀ ਆ ਨਾ ਆ ਜਾ ਫੇਸ ਕੁਆਲਿਟੀ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਆ ਗੁਲਾਬੀ ਨਾਸਾਂ ਵੈੜਦੀਆਂ ਆ ਵੇਖੋ ਇਹਦੇ ਵਿੱਚ ਮੇਰੇ ਭਰਾਵਾਂ ਨੇ ਇਹ ਕਹਿਣਾ ਵਾ ਵੀ ਘਲਾਰੀ ਯਾਰ ਮਰਜ਼ੀ
ਇਹ ਭਰਾਵਾਂ ਮੇਰੇ ਨੇ ਇਹ ਕਹਿਣਾ ਵਾ ਮੇਰੇ ਭੈਣ ਭਰਾ ਨੇ ਜਿਹਨੇ ਲੈਣੀ ਉਹਨੇ ਕਹਿਣਾ ਲੱਤ ਘੁੰਮਾਉਂਦੀ ਆ, ਇਹਦਾ ਨੁਕਸ ਨੀ ਕੋਈ ਵੀ ਹੁੰਦਾ ਜੀ, ਠੀਕ ਆ। ਇਹ ਵੀ ਥੋੜਾ ਜਿਹਾ ਨਾ ਘਰੋਂ ਨੀ ਕੱਢੀ ਆਵੇ, ਕੋਈ ਠੰਡੀ ਆ, ਕੋਈ ਗੱਲ ਨੀ, ਇੱਕੇ ਜਗ੍ਹਾ ਰਹੀ ਆ, ਜਾਂਦੀ ਆ ਇੱਕੇ ਜਗ੍ਹਾ ਰਹੀ ਆ, ਠੀਕ ਆ, ਕੋਈ ਟੈਨਸ਼ਨ ਨਹੀਂ ਹੈਗੀ, ਇਹਦਾ ਨਾ ਟੈਨਸ਼ਨ ਲੈਣੀ ਆ ਲੱਤ ਘੁੰਮਾਉਂਦੀ ਆ ਜਾਂ ਵੀ ਲੱਤ ਦੇ ਵਿੱਚ ਕੋਈ ਨੁਕਸ ਨਹੀਂ। ਅੱਛਾ, ਹਾਂ ਥੋੜਾ ਐ ਵਿੰਗੀ ਜੀ ਕਰਕੇ ਲੱਤ ਤੁਰਦੀ ਆ, ਠੀਕ 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 ਠੀਕ। ਬਾਕੀ ਥਾਣ ਇਹ ਆ ਵੀ ਕੱਢੂ ਚੰਗਾ ਜਦੋਂ ਬਣੂਗੀ ਤਿਆਰ, ਮੈਨੂੰ ਖਪਾਉਣਾ ਮੇਰੇ ਭਰਾਵਾਂ ਨੇ ਵੀ, ਕੋਈ ਗੱਲ ਨੀ, ਮੇਰੇ ਭੈਣ ਆਪਾਂ ਪਿਆਰ ਵਧਾਉਣਾ ਵਾ, ਪਿਆਰ ਵਧਾਉਣਾ ਆਪਾਂ, ਜੋੜਨਾ ਵਾ ਤੋੜਨਾ ਨੀ ਕਿਸੇ ਨੂੰ। ਆਹ ਜਿਹੜੀ ਆ ਝੋਟੀ, ਚਾਰ ਦੰਦ ਮੂੰਹ ਤੋਂ ਤੇ ਕੱਟਾ ਦਿੱਤਾ ਮਗਰ ਕੱਟੀ ਛਿੱਕੀ ਵਾਲੇ ਥੋੜੇ ਵੱਡੇ ਹੋਣ ਡੇ ਆ। ਆ ਵੇਖੋ ਜੀ ਸਿੰਗ ਕੁਆਲਿਟੀ, ਜੀ ਜੀ ਥਾਣ ਸੋਹਣਾ ਲੱਗਾ ਇਹਨੂੰ, ਮਗਰ ਕੱਟੀ ਵੀ ਬੜੀ ਸੋਹਣੀ ਆ, ਦੁੱਧ 8 ਕਿਲੋ ਹੈਗਾ ਜੀ, 8 ਕਿਲੋ ਦੁੱਧ ਤਿਆਰ ਆ, ਮੈਲੇ ਦੇ ਜਾਵਾ ਕੋ ਲਿਬੜੀ ਸਾਰੀ ਮਤਲਬ, ਠੀਕ ਠੀਕ ਆ। ਆ ਜਾ ਮੋੜ ਦੇ ਮੋੜ ਦੇ ਮੋੜ, ਠੀਕ ਹੈ ਬੜੀ, ਜੇ ਮੂੰਹ ਭਾਵੇਂ ਫੜ ਲੋ ਜਿੱਦਾਂ ਠੰਡੀ ਆ, ਠੀਕ ਆ ਠੰਡੀ ਠੰਡੀ ਪੂਰੀ ਆ। ਆ ਵੇਖੋ ਜੀ ਕੁਆਲਿਟੀ ਝੋਟੀ ਚੰਗੀ ਆ, ਕਿੰਨੇ ਕੁ ਦਿਨਾਂ ਦਾ ਸੂਆ ਹੋ ਗਿਆ ਉਹ, ਬੰਦ ਹੋ ਵੀਰ ਜੀ ਬੰਦ ਹੋ, ਦੁੱਧ 8 ਕਿਲੋ ਹੀ, ਦੁੱਧ 8 ਕਿਲੋ ਇਹ ਚਵਾਵਾਂ ਚਵਾ ਕੇ ਦਵਾਂਗੇ ਦੋਵੇਂ, ਠੀਕ ਠੀਕ ਆ, ਸਹੀ ਆ, 8 ਕਿਲੋ ਦੁੱਧ ਚਵਾ ਕੇ ਦੇ ਦੇਣਗੇ। ਤੇ ਦੱਸੋ ਫੇਰ ਦਾ ਮੁੱਲ, ਮੁੱਲ ਵੀ ਛੋਟਾ ਕਰਦਾ ਨਾ, ਤੇ ਲੱਖ ਵਾਲੇ ਕੰਮ ਇੱਥੇ ਨਾ 90 ਵਾਲੇ ਆ, ਹਾਂਜੀ ਮੁੱਲ ਦਾ 75,000 ਕਰਦੇ ਆ, ਹਾਂਜੀ ਭੈਣ ਜੀ ਦੇ ਦਾਂਗੇ ਛੋਟੀ ਗੱਡੀ ਮਾਣ ਦਾਣ, ਚਲੋ ਹੋ ਜੂ ਕੋ 100-200 ਮਾਣ ਕਰ ਦਾਂਗੇ, ਆਪਾਂ ਨਹੀਂ ਕਹਿਣਾ ਜਿੰਨੀ ਮਰਜ਼ੀ ਕਰਦੇ ਛੋੜ, ਠੀਕ ਹੈ, ਕਰਨੀ ਕੋਈ ਗੱਲਬਾਤ ਹੋਰ ਨਹੀਂ, ਬਸ ਇੰਨਾ ਕਿ ਮੇਰਾ ਵੀਰ ਜਿਹੜਾ ਵੀ ਕੋਈ ਡੰਗਰ ਲੈਣਾ, ਹਾਂਜੀ ਤਸੱਲੀ ਕਰ ਲੈਣਾ, ਪੂਰੀ ਪੂਰੀ ਤਸੱਲੀ, ਇੱਥੋਂ ਦੀ ਗਰੰਟੀ ਆ ਸਾਡੀ, ਠੀਕ ਹੈ ਜੀ, ਸਾਹ ਵਾਲੀ ਚੀਜ਼ ਆ ਭਿੰਡਰ ਸਾਹਿਬ ਜਾਂ ਸਹੀ ਆ ਕਿ ਗਲਤ ਆ, ਬਿਲਕੁਲ ਇੱਥੋਂ ਦੀ ਗਰੰਟੀ ਆ ਸਾਡੀ, ਹਾਂਜੀ ਹਾਂਜੀ ਹਾਂਜੀ, ਸਾਨੂੰ ਇਹ ਨਾ ਕੋ ਕਵੇ ਅਸੀਂ ਜਿੱਦਾਂ ਅਸੀਂ ਸਾਡੇ ਕੋਲ ਘਰ ਦੀਆਂ ਤੇ ਹੈ ਨਹੀਂ ਵੀ ਜਿਹੜੀਆਂ ਅਸੀਂ ਕਹੀਏ ਵੀ, ਅਗਲਾ ਤਸੱਲੀ ਕਰ ਲਏ ਆਪਣੀ, ਹਨਾ ਪੈਸੇ ਫੇਰ ਦੇਵੇ ਤੁਹਾਨੂੰ ਪਹਿਲਾਂ ਤਸੱਲੀ ਕਰੇ, ਇਹ ਸਾਹ ਵਾਲੀ ਜਿਵੇਂ ਆਪਣਾ ਨਹੀਂ ਭਰੋਸਾ, ਇਦਾਂ ਇਹਨਾਂ ਕਰਮਾਲੀ ਦਾ ਕੀ ਭਰੋਸਾ, ਜੀ ਜੀ, ਕਿਸੇ ਦਾ ਵੀ ਨਹੀਂ, ਬੰਦੇ ਦਾ ਡੰਗਰ ਦਾ ਕੋਈ ਨਹੀਂ, ਬਿਲਕੁਲ ਤਸੱਲੀ ਕਰਕੇ ਪੂਰਾ ਦੇਖ ਜਾਂਚ ਕਰਕੇ ਫੇਰ ਲੈਣ, ਪੈਸੇ ਬੜੇ ਔਖੇ ਬਣਦੇ ਆ, ਧੋਖੇ ਦੇ ਵਿੱਚ ਨਾ ਆਉਣ, ਮੇਰਾ ਵੀਰ ਮਾਲ ਮੈਂ ਰੇਟ ਜਿਹੜਾ ਦੱਸ ਦਿੱਤਾ, ਇਹ ਨਹੀਂ ਕਿ ਤੁਹਾਡੇ ਕੋਲ ਖਰੀਦਣਾ ਵਾ, ਕਿਸ ਕੋਲ ਖਰੀਦਣਾ, ਤਸੱਲੀ ਕਰੇ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਤੇ ਆਹੀ ਪੰਜ ਪਸ਼ੂ ਇੱਥੇ ਹਾਜ਼ਰ ਆ, ਦੋ ਆਉਣ ਵਾਲੀਆਂ ਵੈੜਾਂ ਟੌਪ ਦੀਆਂ ਵਾ ਵੈੜਾਂ, ਤੇ ਅੱਜ ਜਿਹੜੇ ਮੁੱਲ ਕੀਤੇ ਇਹ ਮੁੱਲ ਕਿਤੇ ਹੋਣੀ ਲੱਭਣੇ, ਪਹਿਲੇ ਪਹਿਲੇ ਫੋਨ ਤੇ ਜਾਣੀ ਆ, ਬਹੁਤ ਹੀ ਚੰਗੀ ਕੁਆਲਿਟੀ ਦੀ, ਵੀਡੀਓ ਸ਼ੇਅਰ ਕਰ ਦਿਓ ਜੀ, ਹਾਂਜੀ ਹਾਂਜੀ ਹਾਂਜੀ, ਮੈਂ ਦੇਖ ਲੈਂਦੇ ਅੱਜ, ਠੀਕ ਭਰਾ ਭਲਾ ਫਿਰ ਮੈਨੂੰ ਖਿੱਚਦੇ ਨੱਪਦੇ ਹੋਣ ਨਾ, ਮੈਨੂੰ ਭੈਣ ਭਰਾ ਇੰਨੀ ਬੇਨਤੀ ਆ ਵੀ ਰੇਟ ਬਹੁਤੇ ਨਾ ਹੁਣ ਘੱਟ ਲਾਉਣਾ, ਠੀਕ ਜੋ ਮੈਂ ਕੀਤਾ ਲੈਣਾ ਮੈਂ ਉਹੀ ਆ, ਬਿਲਕੁਲ ਬਿਲਕੁਲ ਜੀ, ਠੀਕ ਹੈ, ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।